ਸੰਗਤ ਜੀ ਜੇ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ ਐ ਉਹ ਇਤਿਹਾਸਿਕ ਥਾਨ ਹੈਗਾ ਜਿਹਨੂੰ ਖੂਸਾਬ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਦੇ ਪ੍ਰਾਂਗਣੇ 'ਚ ਬਣਿਆ ਹੋਇਆ ਸਥਾਨ ਉਹ ਇਤਿਹਾਸਿਕ ਥਾਨ ਹੈ ਜਿੱਥੇ ਗੜੀ ਦੇ ਜੁੱਤ ਤੋਂ ਬਾਅਦ ਮਹਾਰਾਜ ਇੱਕ ਥਾਨ ਤੋਂ ਦੂਜੇ ਥਾਨ ਹੁੰਦੇ ਹੁੰਦੇ ਐ ਸਥਾਨ ਤੇ ਪੁੱਜੇ ਸਨ ਉਹ ਸਮਾਂ ਜਿਸ ਵਕਤ ਗੁਰੂ ਸਾਹਿਬ ਸਥਾਨ ਤੇ ਪੁੱਜੇ ਉਹ ਵਖਰੇ ਸਨ ਉਹਨਾਂ ਦੇ ਨਾਲ ਕੋਈ ਸਿੰਘ ਨਹੀਂ ਸੀਗਾ ਤੇ ਨਾ ਉਹਨਾਂ ਦੇ ਪੈਰੀ ਕੋਈ ਜੁੱਤੀ ਸੀ ਆਪ ਜੀ ਨੇ ਇਹ ਤੇ ਸੁਣਿਆ ਹੋਵੇਗਾ ਇਤਿਹਾਸ ਦੇ ਅੰਦਰ ਕਿ ਗੁਰੂ ਸਾਹਿਬ ਜਿਸ ਵਕਤ ਮਾਛੀਵਾੜੇ ਦੇ ਜੰਗਲਾ ਵਿੱਚ ਪਹੁੰਚੇ ਉਹਨਾਂ ਦੇ ਪੈਰ ਲਹੂ ਲੁਹਾਨ ਸੀ ਉਹਦੇ ਤੇ ਛਾਲੇ ਪਏ ਸੀਗੇ ਲੇਕਿਨ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਜੁੱਤੀਆਂ ਕਿਉਂ ਨਹੀਂ ਸਨ ਇਸ ਤਰ੍ਹਾਂ ਹੋਰ ਸਥਾਨ ਤੋਂ ਜੁੜੀ ਹੋਈ ਬਤੇਰੀ ਕਟਨਾਵਾ ਗੁਰੂ ਸਾਹਿਬ ਦੀ ਮਨੋਦਸ਼ਾ ਜਿਸ ਵਕਤ ਉਹ ਤੋਂ ਚਲੇ ਹੋਣਗੇ ਉਹਨਾਂ ਦੇ ਮਨ ਵਿੱਚ ਕੀ ਗੁਜ਼ਰ ਰਿਹਾ ਹੋਣਾ ਹੈ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦੋਨੋਂ ਸ਼ਹੀਦ ਹੋ ਚੁੱਕੇ ਨੇ ਗੁਰੂ ਸਾਹਿਬ ਦੇ ਬਹੁਤ ਸਾਰੇ ਸਿੰਘ ਉਹ ਸ਼ਹਾਦਤ ਪਾ ਚੁੱਕੇ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਕੀ ਹਾਲ ਹੈ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਮਹਿਲ ਉਹ ਵੀ ਵਿਛੜ ਚੁੱਕੇ ਨੇ ਉਹ ਵੀ ਅਲਗ ਦਿਸ਼ਾ ਇਹ ਜਾ ਚੁੱਕੇ ਨੇ ਗੁਰੂ ਸਾਹਿਬ ਦੀ ਫੌਜ ਉਹਨਾਂ ਦੇ ਨਾਲ ਨਹੀਂ ਕੋਈ ਉਹਨਾਂ ਦੇ ਨਾਲ ਨਹੀਂ ਜੰਗਲਾਂ ਵਿੱਚੋਂ ਹੋਂਦੇ ਤੇ ਐਸਥਾਨ ਤੇ ਜਿਸਕਾ ਤੋਂ ਪੁੱਛਦੇ ਨੇ ਉਹ ਕਿਸ ਹਾਲ ਵਿੱਚ ਹੋਣਗੇ ਉਹਨਾਂ ਦੀ ਸਰੀਰਕ ਦਸ਼ਾ ਕੀ ਹੋਏਗੀ ਉਹਨਾਂ ਦੀ ਮਨੋਦਸ਼ਾ ਕੀ ਹੋਏਗੀ ਇਹ ਸਾਰੀ ਚੀਜ਼ਾਂ ਦਾ ਗਿਆਨ ਸਾਡੇ ਨਾਲ ਅੱਜ ਆਪ ਜੀ ਨੂੰ ਕਰਾਂਗੇ ਇੱਥੇ ਦੇ ਕਥਾਵਾਚਕ ਪਾਈ ਸਾਹਿਬ ਆਈ ਇਕਨਾਮ ਸਿੰਘ ਜੀ ਪਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਪਾਈ ਸਾਹਿਬ ਜੀ ਆਪ ਇੱਥੇ ਦੇ ਕਥਾਵਾਚਕ ਹੈਗੇ ਹੋ ਤੇ ਜ਼ਾਹਿਰ ਗੱਲ ਹੈ ਤੁਸੀਂ ਰੋਜ਼ ਕਥਾ ਇੱਥੇ ਕਰਦੇ ਹੈਗੇ ਹੋ ਸੰਗਤਾਂ ਨੂੰ ਇੱਥੇ ਦੇ ਇਤਿਆਜ਼ੇ ਬਾਰੇ ਦੱਸੇ ਹੋਗੇ ਜਿਸ ਵਕਤ ਕੋਈ ਵੀ ਕਥਾਵਾਚਕ ਬੈਠ ਕੇ ਸਟੇਜ ਦੇ ਉੱਤੇ ਕਥਾ ਕਰਦਾ ਹੈਗਾ ਤੇ ਉਹ ਸਿਰਫ ਸੰਗਤਾਂ ਖਾਲੀ ਕਥਾ ਸੁਣਦੀਆਂ ਨੇ لیکن ਸੰਕਤਾ ਦੇ ਮਾਨਵਿਚ ਬਹੁਤ سارے ਸਵਾਲ ਹੁੰਦੇ ਨੇ ਕਿ ਉਸ ਵਕਤ ਕੀ ਹੋਇਆ ਹੋਵੇਗਾ ਉਹ ਤੁਹਾਨੂੰ ਉਸ ਵਕਤ ਰੋਕ ਨਹੀਂ ਸਕਦੇ ਟੋਕ ਨਹੀਂ ਸਕਦੇ ਕਿਉਂਕਿ ਤੁਸੀਂ ਲੜੀਵਾਰ ਕਥਾ ਸੁਣਾ ਰਹੇ ਹੈਗੇ ਹੋ ਹਾਂਜੀ ਅੱਜ ਸਾਨੂੰ ਸ਼ਾਇਦ ਇਸ ਜੀ ਦਾ ਥੋੜਾ ਲਾਭ ਮਿਲੇਗਾ ਜਿਸ ਵਕਤ ਆਪ ਜੀ ਸਾਨੂੰ ਕਥਾ ਸੁਣਾਓਗੇ ਕਿ ਜੋ ਵਿਚਾਰ ਸੰਕਤਾ ਦੇ ਮਾਨਿਸ਼ ਨੇ ਅਸੀਂ ਉਸ ਸਵਾਲ ਆਪ ਜੀ ਤੋਂ ਪੁੱਛ ਸਕੀਏ ਤੇ ਆਪ ਜੀ ਉਹਦੇ ਬਾਰੇ ਸੰਕਤਾ ਨੂੰ ਦੱਸ ਸਕੋ ਸੋ ਜਿਸ ਵਕਤ ਮਹਾਰਾਜ ਕੰਗਾ ਸਾਹਿਬ ਤੋਂ ਜਿਸ ਵਕਤ ਇਤਿਹਾਸ ਵਿੱਚ ਲਿਖਿਆ ਹੈਗਾ ਸਥਾਨ ਦੇ ਪੁੱਛਦੇ ਨੇ ਕਿਹੜਾ ਸਮਾਂ ਹੁੰਦਾ ਹੈ ਕਿਸ ਤੋਂ ਕਹਾਂਦੇ ਨੇ ਤੇ ਉਹਨਾਂ ਦਾ ਹਾਲ ਕੀ ਹੁੰਦਾ ਹੈ ਤੇ ਫਿਰ ਅੱਗੇ ਕੀ ਹੁੰਦਾ ਹੈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਸ਼ਮਸ਼ੀਰ ਬਹਾਦਰ ਸਤਗੁਰੂ ਜਿਨ੍ਹਾਂ ਦੇ ਪਾਵਨ ਸਥਾਨ ਤੇ ਗੁਰਬਖਸ਼ਿਸ਼ ਦੇ ਦੁਆਰਾ ਹੀ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ ਸੋ ਸਮੁੱਚੇ ਜਿਹੜੇ ਸੰਗਤ ਦੇ ਸਵਾਲ ਹਨ ਉਹਨਾਂ ਸਮੁੱਚੇ ਸਵਾਲਾਂ ਦੀ ਆਓ ਸੰਖੇਪ ਵਿਚਾਰ ਇਤਿਹਾਸਕ শ্রোਤਾ ਨੂੰ ਮੁੱਖ ਰੱਖਦਿਆਂ ਹੋਇਆਂ ਵਿਚਾਰ ਕਰੀਏ ਸਮੂਹ ਸੰਗਤ ਦਰਸ਼ਕ ਅਤੇ ਸਰੋਤੇ ਗੁਰੂ ਪਾਤਸ਼ਾਹ ਦੀ ਚੜ੍ਹਦੀ ਕਲਾ ਦੀ ਪ੍ਰਤੀ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਜਿੱਥੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਵਾਰੋ-ਵਾਰ ਮੈਦਾਨ ਦੇ ਵਿੱਚ ਤੋਰਿਆ 6 ਪੋ ਉਹਨੂੰ ਕਿਲਾ ਛੱਡਦੇ ਨੇ 7 ਪੋ ਦੀ ਰਾਤ ਨੂੰ ਆ ਕੇ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚ ਟਿਕਾਣਾ ਮਿਲਦਾ 8 ਪੋ ਉਹਨੂੰ ਸਾਰਾ ਦਿਨ ਜੰਗ ਹੁੰਦਾ ਤੇ 8 ਪੋ 1704 ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਨੇ ਜਿਵੇਂ ਦਿਨ ਛਿਪਦਾ ਹੈ ਮਹਾਰਾਜ ਅਤੇ ਸਮੁੱਚੇ ਖਾਲਸੇ ਨੇ ਇਹ ਫੈਸਲਾ ਕੀਤਾ ਹੈ ਗੁਰੂ ਪਾਤਸ਼ਾਹ ਨੇ ਆਪਣੇ ਹਿਰਦੇ ਦੀ ਜਿਹੜੀ ਭਾਵਨਾ ਹੈ ਉਹ ਪ੍ਰਗਟ ਕਰ ਦਿੱਤੀ ਹੈ ਕਿ ਖਾਲਸਾ ਜੀ ਪਿਆਰੇ ਭਾਈ ਦਇਆ ਸਿੰਘ ਜੀ ਕੱਲ ਨੂੰ ਮੈਂ ਵੀ ਮੈਦਾਨੇ ਜੰਗ ਵਿੱਚ ਉਹੀ ਸ਼ਹਾਦਤ ਦਾ ਜਾਮ ਪੀਵਾਂਗਾ ਜਿਹੜੀ ਸ਼ਹਾਦਤ ਮੇਰੇ ਸਹਿਬਜ਼ਾਦਿਆਂ ਨੂੰ ਅੱਜ ਪ੍ਰਾਪਤ ਹੋਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਨ ਤੋਂ ਇਹ ਸ਼ਬਦਾਵਲੀ ਇਹ ਵਚਨ ਸੁਣ ਕੇ ਗੁਰਸਿੱਖਾਂ ਦੇ ਹਿਰਦੇ ਇੱਕ ਵਾਰ ਬਲੁੰਦਰੇ ਗਏ ਵੀ ਇਹ ਕਿਵੇਂ ਹੋਵੇ ਗੁਰੂ ਪਾਤਸ਼ਾਹ ਨੂੰ ਅਸੀਂ ਸ਼ਹੀਦ ਨਹੀਂ ਹੋਣ ਦੇਣਾ ਕਿਉਂਕਿ ਗੁਰੂ ਪਾਤਸ਼ਾਹ ਦੀ ਤਾਂ ਅਜੇ ਪੰਥ ਨੂੰ ਲੋੜ ਹੈ ਕਲਗੀਧਰ ਪਾਤਸ਼ਾਹ ਦੀ ਅਜੇ ਕਲਗੀਧਰ ਪਾਤਸ਼ਾਹ ਨੇ ਅਗਵਾਈ ਕਰਨੀ ਹੈ ਸਿੱਖ ਪੰਥ ਦੀ ਇਸ ਸਾਰੇ ਨੁਕਤੇ ਨੂੰ ਵਿਚਾਰ ਕੇ ਪਿਆਰੇ ਭਾਈ ਦਇਆ ਸਿੰਘ ਨੇ ਸਾਰੇ ਗੁਰਸਿੱਖਾਂ ਨੂੰ ਪਾਸ ਬੁਲਾ ਕੇ ਬੈਠ ਕੇ ਵਿਚਾਰ ਕਰ ਲਿਆ ਜਿਹੜਾ ਵਿਚਾਰ ਸਾਰੇ ਗੁਰਸਿੱਖਾਂ ਦਾ ਸਿੰਘਾਂ ਦਾ ਸੀ ਉਹ ਆ ਕੇ ਫਿਰ ਬੇਨਤੀ ਕਰਦੇ ਨੇ ਇੱਕ ਵਿਦਵਾਨ ਨੇ ਕਲਮਬੰਦ ਵੀ ਕੀਤਾ ਜਦ ਘੜੀ ਵਿੱਚ ਚਮਕੌਰ ਦੇ ਜੰਗ ਹੋਇਆ ਭਾਰੀ ਪੁੱਤ ਸ਼ਹੀਦੀ ਪਾਗਿਆ ਜਦ ਵਾਰੋ ਵਾਰੀ ਗੁਰਾਂ ਆਪ ਮੈਦਾਨੇ ਜੰਗ ਵਿੱਚ ਜਾਣ ਦੀ ਕਰ ਲਈ ਤਿਆਰੀ ਗੁਰੂ ਪੰਥ ਰੂਪ ਹੋ ਖਾਲਸੇ ਇਉਂ ਅਰਜ ਗੁਜਾਰੀ ਜਿੰਦ ਜਾਨ ਹੈ ਆਪਦੀ ਇਮਾਨਤ ਭਾਰੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਆ ਕੇ ਕਰਦੇ ਨੇ ਪੰਜ ਪਿਆਰੇ ਮਹਾਰਾਜ ਤੁਹਾਡੀ ਜਿੰਦ ਜਾਨ ਤੁਹਾਡਾ ਜੀਵਨ ਇਹ ਸਾਡੇ ਲਈ ਇੱਕ ਇਮਾਨਤ ਹੈ ਪਾਤਸ਼ਾਹ ਦੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਸ਼ਹਾਦਤ ਦਾ ਜਾਮ ਪੀਣਾ ਹੈ ਸ਼ਹਾਦਤਾਂ ਦੇ ਜਾਮ ਸਾਨੂੰ ਪਿਲਾਓ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਪਰ ਤੁਸੀਂ ਆਪਣੇ ਆਪ ਨੂੰ ਸਾਡੀ ਬੇਨਤੀ ਹੈ ਕਿ ਆਪਣੇ ਆਪ ਨੂੰ ਬਚਾਓ ਜੇ ਸਿੱਖ ਪੰਥ ਦੀ ਤੁਸੀਂ ਅਗਵਾਈ ਕਰਨੀ ਹੈ। ਕਲਗੀਧਰ ਪਾਤਸ਼ਾਹ ਨੇ ਉਸ ਸਮੇਂ ਫਿਰ ਹੁਕਮ ਮੰਨ ਗੁਰਪੰਥ ਦਾ ਗੁਰਾਂ ਕੀਤੀ ਤਿਆਰੀ। ਚੱਲਿਆ ਪੀਰ ਹਿੰਦ ਦਾ ਗੁਰਾਂ ਤਾੜੀ ਮਾਰੀ। ਉੱਥੋਂ ਮਹਾਰਾਜ ਫਿਰ ਤਾੜੀ ਮਾਰ ਕੇ ਤੁਰੇ। ਸਿੰਘਾਂ ਨੂੰ ਇਹ ਵੀ ਕਿਹਾ ਮੈਂ ਛੁਪ ਕੇ ਨਹੀਂ ਜਾਵਾਂਗਾ। ਵੰਗਾਰ ਕੇ ਜਾਵਾਂਗਾ। ਪੀਰੇ ਹਿੰਦ ਮੇ ਰਮਿੰਦ। ਪਾਤਸ਼ਾਹ ਉੱਚੀ ਬੋਲਾਂ ਵਿੱਚ ਬੋਲ ਕੇ ਤਾੜੀ ਮਾਰ ਕੇ ਉਥੋਂ ਚਾਲੇ ਪਾਉਂਦੇ ਨੇ ਗੁਰੂ ਸਵਾਰਿਓ ਗੁਰਦੁਆਰਾ ਝਾੜ ਸਾਹਿਬ ਕੰਗਾ ਸਾਹਿਬ ਇਸੇ ਪ੍ਰਕਾਰ ਸਤਗੁਰੂ ਇਹ ਜੰਗਲੀ ਸਫਰ ਸੀ ਸਾਰਾ ਜੀ ਇੱਥੇ ਕੋਈ ਇਦਾਂ ਆਪਾਂ ਕਹਿ ਸਕਦੇ ਹਾਂ ਵੀ ਅੱਜ ਵਾਂਗ ਕੋਈ ਢੜਕਾ ਨਹੀਂ ਸੀ ਬਣੀਆਂ ਹੋਈਆਂ ਜਾਂ ਰਾਹ ਨਹੀਂ ਸੀ ਬਣਿਆ ਹੋਇਆ ਜੀ ਉਹ ਜੰਗਲੀ ਸਫਰ ਸੀ ਜੰਗਲੀ ਸਫਰ ਦੇ ਵਿੱਚੋਂ ਦੀ ਆਉਣਾ ਫਿਰ ਜਿਹੜਾ ਆਪ ਨੇ ਵੀ ਸਵਾਲ ਕੀਤਾ ਸੰਗਤ ਵੀ ਸਵਾਲ ਕਰਦੀ ਹੈ ਵੀ ਪੈਰਾਂ ਵਿੱਚ ਜੋੜਾ ਕਿਉਂ ਨਹੀਂ ਸੀ ਪਾਤਸ਼ਾਹ ਦੇ ਵਾਹਿਗੁਰੂ ਗੁਰੂ ਪਾਤਸ਼ਾਹ ਨੇ ਜੋੜਾ ਇਸ ਵਾਸਤੇ ਉਤਾਰਿਆ ਸੀ ਕਿ ਇਹ ਜਿਹੜੀ ਸ਼ਹਾਦਤਾਂ ਨੇ ਸਿੰਘਾਂ ਦੀਆਂ ਕਿਉਂਕਿ 8-8 ਦਾ ਜਥਾ ਬਣਾ ਕੇ ਮਹਾਰਾਜ ਮੈਦਾਨ ਵਿੱਚ ਭੇਜਦੇ ਰਹਿ ਕੋਈ ਥੋੜੀ ਜੀ ਥਾਂ ਨਹੀਂ ਸੀ ਚਮਕੌਰ ਸਾਹਿਬ ਦੀ ਜਿੱਥੇ 10 ਲੱਖ ਫੌਜ ਨੇ ਆ ਕੇ ਟਿਕਾਣਾ ਕੀਤਾ ਬਹੁਤ ਦੂਰ ਤੱਕ ਔਰ ਸਿੰਘਾਂ ਦਾ ਵੀ ਸ਼ਹਾਦਤਾਂ ਦੇਣ ਵਾਸਤੇ ਜਦੋਂ ਜਾਣਾ ਤੇ ਬੜੀ ਦੂਰ ਤੱਕ ਆਪਾਂ ਸ਼ਹਾਦਤਾਂ ਦੇ ਸਥਾਨ ਵੀ ਅੱਜ ਦੇਖਦੇ ਆਂ ਬੇਨਤੀ ਜਿਹੜੀ ਕਰਨ ਲੱਗਾ ਗੁਰੂ ਜੀ ਕੇਸਾਂ ਦਾ ਇੰਨਾ ਸਤਕਾਰ ਕਰਦੇ ਸਨ ਗੁਰੂ ਜੀ ਜਦੋਂ ਗੱਡੀ ਵਿੱਚੋਂ ਚੱਲੇ ਤਾੜੀ ਮਾਰ ਕੇ ਤੇ ਜੋੜਾ ਉੱਥੇ ਉਤਾਰ ਦਿੱਤਾ ਕਿਹਾ ਵੀ ਥਾਂ ਥਾਂ ਤੇ ਜਿਹੜੇ ਸ਼ਹੀਦ ਸ਼ਹਾਦਤ ਵਾਲੇ ਸਿੰਘ ਨੇ ਤੇ ਸਿੰਘਾਂ ਦੇ ਜਿਹੜੇ ਕੇਸ ਨੇ ਉਹਨਾਂ ਉੱਪਰ ਕਿਤੇ ਮੇਰੇ ਜਿਹੜੇ ਜੋੜਾ ਹੈ ਉਹ ਕਿਤੇ ਲੱਗ ਨਾ ਜਾਏ ਕੇਸਾਂ ਦੀ ਕਿਤੇ ਬੇਅਦਬੀ ਨਾ ਹੋ ਜਾਏ ਉਸ ਗੱਲ ਨੂੰ ਮੁੱਖ ਰੱਖ ਕੇ ਕਲਗੀਧਰ ਪਾਤਸ਼ਾਹ ਨੇ ਆਪਣਾ ਜੋੜਾ ਪੈਰਾਂ ਤੋਂ ਉਤਾਰ ਦਿੱਤਾ ਔਰ ਨੰਗੇ ਪੈਰੀਂ ਇਹ ਕੰਡਿਆਲੇ ਸਫਰ ਜੰਗਲੀ ਸਫਰ ਪੋਹ ਦੀਆਂ ਠੰਡੀਆਂ ਰਾਤਾਂ ਦਾ ਮੁਕਾਬਲਾ ਕਰਦੇ ਹੋਏ ਕੋਈ ਸੱਚੇ ਪਾਤਸ਼ਾਹ ਨੇ ਆਪਣੇ ਉੱਪਰ ਕੋਈ ਕੰਬਲ ਨਹੀਂ ਸੀ ਲਿਆ ਹੋਇਆ ਜੋ ਤਨ ਤੇ ਪਹਿਲਾਂ ਤੋਂ ਹੀ ਵਸਤਰ ਪਹਿਨੇ ਹੋਏ ਸੀ ਉਹੀ ਪਹਿਨੇ ਹੋਏ ਸੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਪੋਹ ਦੀਆਂ ਆਤ ਦੀਆਂ ਸਰਦੀ ਦੀਆਂ ਠੰਡੀਆਂ ਰਾਤਾਂ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਪਾਤਸ਼ਾਹ ਦੇ ਜੋੜਾ ਵੀ ਨਹੀਂ ਹੈ ਔਰ ਸਾਰਾ ਜੰਗਲੀ ਸਫਰ ਹੈ ਤੇ ਭਖੜੇ ਦੇ ਕੰਡੇ ਬੜੇ ਤਿੱਖੇ ਜਿਨ੍ਹਾਂ ਦੀਆਂ ਤਿੱਖੀਆਂ 16 ਸੱਚੇ ਪਾਤਸ਼ਾਹ ਦੇ ਪੈਰਾਂ ਵਿੱਚ ਛਾਲੇ ਨੇ ਪੈਰਾਂ ਵਿੱਚ 16 ਚੁੱਬੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਇਸ ਖੂਹ ਸਾਹਿਬ ਤੇ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੇ ਪਹੁੰਚਦੇ ਨੇ ਪਹਿਲਾ ਸਥਾਨ ਸੀ ਪਹਿਲਾ ਸਥਾਨ ਇਹ ਹੈ ਜਿੱਥੇ ਮਾਠੀਵਾੜੇ ਜਿਸਕਤ ਗੁਰੂ ਸਾਹਿਬ ਆਏ ਹਾਂ ਜੀ ਇੱਥੋਂ ਆ ਕੇ ਸੱਚੇ ਪਾਤਸ਼ਾਹ ਨੇ ਜਲ ਛਕਿਆ ਅੱਛਾ ਖੂਹ ਘੇੜ ਕੇ ਖੂਹ ਦਾ ਜਲ ਛਕਿਆ ਸੱਚੇ ਪਾਤਸ਼ਾਹ ਨੇ ਇਤੋਂ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਕੱਚੀਆਂ ਟਿੰਡਾਂ ਹੁੰਦੀਆਂ ਸੀ ਜਿਸ ਦੀ ਮਾਲਾ ਬਣਦੀ ਸੀ ਟਿੰਡ ਦਾ ਮਤਲਬ ਛੋਟੀ ਮਟਕੀ ਹਾਂ ਛੋਟੀ ਮਟਕੀ ਕੁਜੇ ਵੱਤ ਜਿਵੇਂ ਕੁਜਾ ਹੁੰਦਾ ਜੀ ਉਸ ਉਸ ਦੀ ਮਾਲਾ ਉਹ ਬਣਦੀ ਸੀ ਤੇ ਕੁਝ ਜਿਹੜੀਆਂ ਟਿੰਡਾਂ ਹੁੰਦੀਆਂ ਸਨ ਮਾਲ ਤੇ ਬੰਨੀਆਂ ਹੁੰਦੀਆਂ ਨੇ ਤੇ ਕੁਝ ਬਾਹਰ ਪਈਆਂ ਹੁੰਦੀਆਂ ਸੀ ਢੇਰ ਲੱਗਾ ਹੁੰਦਾ ਜੀ 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 ਉਹ ਫਿਰ ਜਿਹੜੀਆਂ ਬਾਹਰ ਪਈਆਂ ਉੱਥੋਂ ਉਹ ਟਿੰਡ ਲੈ ਕੇ ਸੱਚੇ ਪਾਤਸ਼ਾਹ ਦਾਤਾਰ ਪਿਤਾ ਸਾਹਮਣੇ ਜੰਡ ਸਾਹਿਬ ਹੈ ਉਸ ਜੰਡ ਸਾਹਿਬ ਦੇ heਠਾਂ ਜਾ ਕੇ ਫਿਰ ਆਰਾਮ ਕਰਦੇ ਨੇ। ਅੱਛਾ। 9 ਪੋ ਦੀ ਰਾਤ ਨੂੰ ਸੱਚੇ ਪਾਤਸ਼ਾਹ ਇੱਥੇ ਪਹੁੰਚਦੇ ਨੇ। ਹੂੰ। ਕਿਉਂਕਿ 8 ਪੋ ਦੀ ਰਾਤ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਹੁਕਮ ਕਰਦਾ ਹੈ ਪਾਤਸ਼ਾਹ ਤੁਸੀਂ ਗੜੀ ਛੱਡ ਕੇ ਚਲੇ ਜਾਓ। ਸਾਰੀ ਰਾਤ ਸਫਰ ਕੀਤਾ ਹੈ। ਅਗਲਾ ਦਿਨ ਵੀ ਸਾਰਾ ਸਫਰ ਕੀਤਾ ਹੈ। 9 ਪੋ ਦੀ ਰਾਤ ਨੂੰ ਸੱਚੇ ਪਾਤਸ਼ਾਹ ਇੱਥੇ ਪਹੁੰਚਦੇ।